ट्राली का टुट गया थी टांका लगा रहे अंदरलो टायर का पटाका पै गया अंदरले टायर का पट्टन आई थी पहला तो देखो बाबा जी पूरे हो गए ते रिपर चल रहा इधर जी अपना कुप बनया यार है। सत श्री अकाल जी किदा सारे उम्मीद आ सारे वधिया होवोगे स्वागत आ तुहाडा अपने चैनल ते एक नवे ब्लॉग नाल ते अज कर रहे हां तूड़ी इह देख लो आपां हुण डाकू टाइप फीलिंग च आए होए हां ते परने दे उत्तों बन्नया होया आपां छोटा जिहा परना ते ऐ आपां फिर डाकू ही बन सकदे हां ठीक है ते गड़दा गुड़दा पैन तों ना ते ऐ आपां मूल बेट लैने हां ते डाकू वाली फीलिंग आ रही है ते चलो मिलदे हां आपां अगे दिखाने तूड़ी वाली मशीन ओ चल रहा है जी अपना ज्योड़ी रहे हैं जी तूड़ी कर रहा है ते पिछे पाई है ट्राली तूड़ी वाली बस भरन वाली है फिर आप ट्राली लै जाने पिंड नूं ते आई अपना झोटा 735 ते अपना ट्राली खाली कर लें एक ते इधर बाकी जी तूड़ियां करनियां पईयां ने ते चल रहे ने साढ़े बाबा जी तूड़ी कर रहे ने अपनी ज्योड़ियर वाले चलो उन्हां नूं आपां थोड़े रूह रूप कराने मिलते हैं अगे की करन लग गए सजना ओह करन लग गए जिदे विच कंड जी हुंदी आ तूड़ी करन लागे तूड़ी ब्लॉग दे विच थोड़ा मनोरंजन भी करते हैं ते तूड़ियां करनियां कड़ा सौखियां पईयां ने यार पिछली बार तो पैसे नहीं दिते वो बाली चली दी पिछले साल रील ते इस बारी तो तूड़ियां करनियां बहुत औखियां ने बरे गर्द दे विच लगदा गर्द नाल भर जांदा है पता ही नहीं चलदा मूँह कित्थे आ सिर कित्थे आ ते पता ही नहीं चलदा बस पता ही नहीं चलदा चलो मनाउने तुहानू अगे अपने बाबा जी नाल तूड़ियां करनियां कड़ा सौखियां पईयां ने वीरे गोडिया च गलीस मुक जांदा ते गर्द नाल मूँह सिर इक हो जांदा है हाए तरस आउंदा बेचारे तूड़ी करन वालियां ते अपने बाबा जी आपां जी ट्राली पा ली ते चलदे आं आपां पिंड नूं लै के ते घरे दिखाउने आं तुहानूं माहौल ते सुप बन रहे आं दिखाउने आं तुहानूं घरे माहौल चाचा जी बेचने कुप दे ते आप वंड रहे हैं कुप ते ट्राली दी लिफ्ट चक्की जा रही है ते चल रहे ने गर्दा ही गर्दा ते आपां जिहड़े ला रहे हैं तूड़ी तो रहे हैं चलो मिलदे हैं गर्दा तूड़ी लाती जी लिफ्ट चक के बंदे अगे पे ने काम इधर
ਅਤੇ ਜਿੰਨੀਆਂ ਜੇ ਪਾਪਾ ਇੱਥੇ ਉਹਨੂੰ ਪੱਪਾ ਵੱਲ ਲੈ ਕੇ ਜਾ ਰਹੇ ਨੇ ਅਤੇ ਉਹ ਮਿਲਦੇ ਹਾਂ ਆਪਾਂ ਅੱਗੇ। ਆਪਾਂ ਫਿਰ ਪਹੁੰਚ ਚੁੱਕੇ ਹਾਂ ਖੇਤ ਅਗਲੀ ਟਰਾਲੀ ਲੈਣ ਲਈ ਅਤੇ ਅੱਜ ਇੱਦਾਂ ਹੀ ਹੋਣਾ ਟਰਾਲੀ ਲਿਆਉਂਦੀ ਟਰਾਲੀ ਲੈ ਕੇ ਇੱਦਾਂ ਹੀ ਚੱਲੀ ਜਾਣਾ। ਅਤੇ ਇਸ ਵਾਰ ਜਿਸ ਤਰ੍ਹਾਂ ਕਣਕ ਘੱਟ ਨਿਕਲੀ ਆ ਕਣਕਾਂ ਵੀ ਐਤੀ 2-2.5 ਕੁਇੰਟਲ ਜਿਵੇਂ 3 ਕੁਇੰਟਲ ਬਸ ਇੱਥੇ ਤੱਕ ਹੀ ਨਿਕਲੀਆਂ ਨੇ ਅਤੇ ਗਰਮੀ ਪਹਿਲਾਂ ਪੈਣ ਕਰਕੇ ਤਾਂ ਕਣਕਾਂ ਦਾ ਝੜ ਘੱਟ ਚੁੱਕਿਆ ਅਤੇ ਤੂੜੀ ਵੀ ਉਸੇ ਕਰਕੇ ਤੂੜੀ ਵੀ ਘੱਟ ਨਿਕਲ ਰਹੀ ਹੈ। ਅੱਗੇ 2 ਵੀਘੇ 'ਚੋਂ ਟਰਾਲੀ ਭਰਦੀ ਸੀ ਇਸ ਵਾਰ 3 ਵੀਘੇ 'ਚੋਂ ਟਰਾਲੀ ਭਰਦੀ ਹੈ। ਇਸ ਵਾਰ ਕਾਫੀ ਨੁਕਸਾਨ ਹੋ ਚੁੱਕਿਆ। ਚਲੋ ਹਰਜਾ ਮਰਜਾ ਝੱਲਣਾ ਪਊਗਾ ਕਿਸਾਨ ਦੀ ਤਾਂ ਜੂਨ ਹੀ ਬੁਰੀ ਹੁੰਦੀ ਆ। ਚਲੋ ਮਿਲਦੇ ਹਾਂ ਆਪਾਂ ਅੱਗੇ। ਟਰਾਲੀ ਦਾ ਟੁੱਟ ਗਿਆ ਸੀ ਟਾਂਕਾ ਲਵਾ ਰਹੇ ਟੁੱਟ ਗਿਆ ਸੀ ਵੈਲ ਕਰਾ ਰਹੇ ਹਾਂ ਲਾਈਟ ਆਉਂਦੀ ਨਹੀਂ ਹੈਗੀ ਜਨਰੇਟਰ ਦਾ ਰਾੜ ਪਿਆ ਕਦਮਾ ਜਿਹਾ ਲਾ ਦੇ ਟੁੱਟ ਹੀ ਨਾ ਮੁੜ ਕੇ ਪੂਰਾ ਮਜ਼ਬੂਤ ਕਰਕੇ ਲਾ ਰਹੇ ਹਾਂ ਜੀ ਅਤੇ ਇੱਦਾਂ ਕੰਮ ਦੇ ਵਿੱਚ ਹੱਥ ਪੈ ਜਾਂਦੀ ਹੈ ਅਤੇ ਹੁਣ 10-15 ਮਿੰਟ ਲੇਟ ਹੋ ਗਈ ਕੰਮ ਟਰਾਲੀ ਦਾ। ਚਲੋ ਮਿਲਦੇ ਫਿਰ ਅੱਗੇ। ਆਪਣਾ ਬਾਬਾ ਜਿਹੜਾ ਤੜਕੇ ਦਾ ਰੀਪਰ ਚਲਾ ਰਿਹਾ ਖਾਓ ਜੀ ਬਾਬਾ ਜੀ ਮੂੰਹ ਇੱਧਰ ਬਾਬਾ ਜੀ ਆਏ ਆਏ ਕਰ ਦੋ ਇੱਧਰ ਇੱਧਰ ਇਹਨੂੰ ਬੁਲਾ ਲਾ ਹਾਂ ਦੇਖੋ ਬਾਬਾ ਜੀ ਪੂਰੇ ਉਹਦੇ 'ਤੇ ਰੀਪਰ ਚੱਲ ਰਿਹਾ ਅਤੇ ਆਪਾਂ 9ਵੀਂ ਟਰਾਲੀ ਲੈਣ ਆ ਗਏ 9ਵੀਂ ਟਰਾਲੀ ਭਰਨ ਵਾਲੀ ਹੈ ਅਤੇ ਉਹ ਖੜਾ ਆਪਣਾ ਟਰੈਕਟਰ ਟਰਾਲੀ ਅਤੇ ਸਵੇਰ ਦੀ ਬੱਸ ਹੋਈ ਪਈ ਹੈ ਟਾਈਮ ਵੱਜ ਗਏ ਨੇ 3। ਚਲੋ ਦੇਖਦੇ ਹਾਂ ਕਿੰਨੇ ਵਜੇ ਤੱਕ ਚੱਲਦਾ ਹੈ ਮਿਲਦੇ ਹਾਂ ਤੁਹਾਨੂੰ ਅੱਗੇ। ਟਰਾਲੀ ਲੈ ਕੇ ਚੱਲੇ ਜੀ ਪਿੰਡ ਨੂੰ ਅਤੇ ਇੱਦਾਂ ਗੇੜੇ ਲੱਗਦੇ ਨੇ ਪਹਿਲੇ ਵੀ ਦੱਸਿਆ ਸੀ ਮਿਲਦੇ ਹਾਂ ਅੱਗੇ ਲਓ ਜੀ ਸਾਰਿਆਂ ਨੂੰ। ਲਓ ਜੀ ਹੁਣ ਆਪਾਂ 10ਵੀਂ ਟਰਾਲੀ ਲੈਣ ਆ ਚੁੱਕੇ ਹਾਂ ਅਤੇ ਬਾਬੇ ਦੀ ਕਿਰਪਾ ਨਾਲ ਕੰਮ ਵਧੀਆ ਚੱਲ ਰਿਹਾ ਕੋਈ ਰੁਕਾਵਟ ਨਹੀਂ ਪਈ ਅਤੇ ਪਹਿਲਾਂ ਉਦੋਂ ਵੈਲਡ ਕਰਾਇਆ ਸੀ ਉਦੋਂ ਰੁਕਾਵਟ ਪੈ ਗਈ ਸੀ 10-20 ਮਿੰਟ ਲੇਟ ਹੋ ਗਈ ਸੀ। ਚਲੋ ਦਿਖਾਉਂਦੇ ਤੁਹਾਨੂੰ ਅੱਗੇ ਕੰਮ ਚੱਲਦਾ ਕਿੰਨਾ ਚੱਲ ਰਿਹਾ ਕਿੰਨਾ ਕੁ ਰਹਿ ਗਿਆ ਹੈ ਨਾ ਖੇਤ ਦਿਖਾਉਣਾ। ਚੱਲ ਰਿਹਾ ਜੀ ਜਿਉਂਦੀ ਯਾਰ ਆਪਣਾ ਅਤੇ ਵਧੀਆ ਚੱਲ ਰਿਹਾ ਕੰਮ ਅਤੇ ਬਸ ਆਹੀ ਸੱਤਾ ਰਹਿ ਗਿਆ ਗੱਲਾਂ ਉਹ ਉੱਧਰੋਂ ਸਾਰੇ ਨਿਬੇੜ ਰਿਹਾ ਹੁੰਦਾ ਅਤੇ ਆਹੀ 7 ਵੀਘੇ ਦਾ ਕੱਤਾ ਹੈ ਅਤੇ 2 ਵੀਘੇ ਉਹ ਪਾਲੇ ਪਾਸੇ ਹੈ ਉੱਧਰੋਂ ਰਹਿ ਜੂਗਾ ਅਤੇ ਚੱਲ ਰਹੇ ਨੇ ਆਪਣੇ ਬਾਬਾ ਜੀ ਡਰਾਈਵਰੀ ਦੇ ਪੂਰੇ ਪੁਰਾਣੇ ਚੈਂਪੀਅਨ ਨੇ ਜੀ ਡਰਾਈਵਰੀ ਦੇ ਪੂਰੇ ਕਾਕਰੇ ਬੰਦੇ ਨੇ ਵਧੀਆ ਚਲਾਈ ਇਹਨਾਂ ਦੀ ਹੁਣ ਤੱਕ ਦੇਖ ਲਓ ਉਮਰ ਇਹਨਾਂ ਦੀ ਹੋਊਗੀ 67 ਸਾਲ ਦੀ ਉਮਰ ਹੋਊਗੀ ਅਤੇ ਹੁਣ ਤੱਕ ਤਾਂ ਵਧੀ ਜਾਂਦੇ ਨੇ ਸਾਂਭਦੇ ਨਹੀਂ ਹੈਗੇ ਉੱਪਰ ਨੇ ਨਹੁਰੇ ਵਾਲੇ ਨੇ ਕਹਿੰਦੇ ਮੇਰੇ ਨਹੁਰੇ ਵਾਲੇ ਠੀਕ ਹੈ ਚਲੋ ਮਿਲਦੇ ਹਾਂ। ਕਹਿੰਦੀ ਤੁਸੀਂ ਕੀ ਕਰਦੇ ਜੇ ਮੈਂ ਕਿਹਾ ਤੂੜੀ ਕਰਦੇ ਹਾਂ ਮੈਂ ਕਿਹਾ ਤੂੜੀ ਵਿੱਚ ਤੂੜੀ ਹੋਈ ਜਾਂਦੇ ਹਾਂ ਇੱਕ ਟਰਾਲੀ ਲਾਹ ਜਾਂਦੀ ਦੂਜੀ ਲੈਣ ਆਇਆ ਬਸ ਇਹੀ ਚੱਲੀ ਜਾਂਦਾ ਹੋਰ ਤਾਂ ਬੀਬੇ ਕੁਝ ਨਹੀਂ ਕਰਦੇ ਬਸ ਤੂੜੀ ਉਹ ਕਰੀ ਜਾਂਦੇ ਹਾਂ ਬਸ ਬਸ ਤੂੜੀ ਉਹ ਕਰੀ ਜਾਂਦੇ ਹਾਂ ਅਤੇ ਲੋਕ ਨੂੰ ਪਿਆਰ ਦਿਓ ਅਤੇ ਇੱਦਾਂ ਹੀ ਤੁਹਾਡੇ ਵਾਸਤੇ ਮਨੋਰੰਜਨ ਕਰਦੇ ਰਹਾਂਗੇ ਤੁਹਾਡਾ ਅਤੇ ਵਧੀਆ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜਲਦੀ ਅਤੇ ਮਿਲਦੇ ਹਾਂ ਅੱਗੇ ਆਪਾਂ। ਲਿਫਟ ਵਾਲੀ ਪੈਪ ਖੋਲਤੀ ਅਤੇ ਲਿਫਟ ਵਾਲੀ ਪੈਪ 'ਚ ਵੀ ਤੇਲ ਆ ਜਾਂਦਾ ਠੀਕ ਹੈ ਹਾਂ ਦੇਖੋ ਟਰਾਲੀ ਆ ਜੀ ਇਹਨੇ ਲਿਫਟ ਚੱਕਦੇ ਹਾਂ ਅਤੇ ਟਰੈਕਟਰ ਬਾਰੇ ਤੁਹਾਨੂੰ ਥੋੜ੍ਹੀ ਜਾਣਕਾਰੀ ਦੇ ਦਈਏ ਇਹ ਹੈ ਜੀ 735 ਵਾਲਾ ਟਰੈਕਟਰ 87 ਵਾਲਾ ਟਰੈਕਟਰ ਹੈ ਇਹ ਮੇਰੇ ਯੰਮਾ ਤੋਂ ਵੀ ਪਹਿਲਾਂ ਦਾ ਟਰੈਕਟਰ ਹੈ ਅਤੇ 37-37 ਦਾ ਟਰੈਕਟਰ ਹੋਊਗਾ ਵਾਧੂ ਹੀ ਭਾਵਾਂ ਹੋਵੇ ਅਤੇ ਇਹਦੇ ਹੈਗੇ ਨੇ ਜੀ 3 ਗੇਅਰ ਨੇ ਇਹਦੇ ਹੈ ਨਾ ਜੀ ਅਤੇ ਲੋ ਆਈ ਤਾਂ ਹੁੰਦੀ ਹੈ ਅਤੇ 3 ਗੇਅਰ ਨੇ ਇਹਦੇ ਅੱਗੇ ਜਾਣ ਵਾਲੇ ਅਤੇ 4ਥਾ ਗੇਅਰ ਬੈਕ
ਤੇ ਆਪਣੇ ਲਵੇ ਵਧੀਆ ਚੱਲੀ ਜਾਂਦਾ ਤੇ ਤੂੜੀ ਚੱਲ ਰਹੀ ਹੈ ਤੂੜੀ ਵਿੱਚ ਤੂੜੀ ਹੋਈ ਜਾਂਦੇ ਹੈ ਤੇ ਟਰਾਲੀ ਭਰਨ ਵਾਲੀ ਹੈ ਤੇ ਭਰ ਕੇ ਚੱਲਦੇ ਹਾਂ ਫਿਰ ਪਿੰਡ ਨੂੰ ਆ ਬਾਈ ਤੇ ਟਰਾਲੀ ਵਾਲਾ ਪਾਣੀ ਇੱਦਾਂ ਪਾ ਰਹੇ ਆ ਭੂੰਦ ਦੇਖੋ ਚੱਲ ਗਏ ਆ ਤੇ ਪਿੰਡ ਵੀ ਕੁੱਪ ਨੇੜੀ ਲੱਗਣ ਵਾਲਾ ਤੇ ਦੇਖੋ ਕਿੱਥੇ ਵੱਗ ਗਿਆ ਕੁੱਪ ਤੇ ਬੰਦੇ ਇੱਧਰ ਆਪਣੇ ਅੱਗੇ ਵੀ ਨੇ ਕੰਮ ਕਰਨ ਅਤੇ ਬਟ ਪੂਰੀ ਟਰਾਲੀ ਲਾਉਂਦੇ ਹਾਂ ਲਿਫਟ ਜਾ ਕੇ ਚਲੋ ਮਿਲਦੇ ਹਾਂ ਫਿਰ ਆਪਾਂ ਅੱਗੇ ਤੁਹਾਡੇ ਵਾਸਤੇ ਹੁਣੀ ਹੁਣੀ ਗੀਤ ਆਇਆ ਉਹ ਛੱਲਾ ਕੀ ਕਰਦਾ ਕੰਮ ਹੀ ਪਾਲਾ ਖੇਤਾਂ ਦੇ ਵਿੱਚ ਮਰਦਾ ਛੱਲਾ ਅੱਜ ਕੀ ਆ ਕਰਦਾ ਤੂੜੀ ਕਰਦਾ ਉਹ ਛੱਲਾ ਖੂਹ ਤੇ ਤਰੀਏ ਹਏ ਖੇਤਾਂ ਦੇ ਵਿੱਚ ਗਰਦੇ ਦੇ ਵਿੱਚ ਮਰੀਏ ਉਹ ਗਲ ਤੱਕ ਚੜ ਜਾਂਦੀ ਤੂੜੀ ਹਏ ਮਸਾਈ ਲੈਂਦੀ ਗਲ ਤੋਂ ਤੂੜੀ ਹਏ ਛੱਲਾ ਤਾਂ ਬਾਲੀ ਮਰਦਾ ਲਓ ਜੀ ਹੁਣ ਆਪਾਂ ਰੀਪਰ ਦੇ ਕੱਢਤੇ ਦਾਣੇ ਇੱਥੇ ਆਉਂਦੇ ਰੀਪਰ ਦੇ ਦਾਣੇ ਜਿਹੜੇ ਥੱਲੇ ਰਹਿ ਜਾਂਦੇ ਨੇ ਬੱਲੇ ਬੱਲੇ ਰਹਿ ਜਾਂਦੇ ਆ ਅਤੇ ਪੰਜ ਚਾਰ ਟਰਾਲੀਆਂ ਬਾਅਦ ਦਾਣੇ ਨਿਕਲਦੇ ਕਿਉਂਕਿ ਦਾਣੇ ਵੀ ਘੱਟ ਨਿਕਲ ਰਹੇ ਨੇ ਇਸ ਵਾਰ ਅਤੇ ਟਰਾਲੀ ਪੈ ਗਈ ਤੇਲ ਪਾ ਰਹੇ ਨੇ ਹੁਣ ਟਰੈਕਟਰ 'ਚ ਅਤੇ ਜਾਉਂ ਯਾਰ 'ਚ ਚਲੋ ਆਪਾਂ ਚੱਲਦੇ ਹਾਂ ਜਿੰਨੀ ਵੀ ਰੀਪਰ ਤੋਂ ਕਣਕ ਨਿਕਲੀ ਸੀ ਸਾਰੀ ਆਪਾਂ ਕੋਠੇ ਸਾਂਭਤੀ ਅਤੇ ਹੱਲੀ ਹੱਲੀ ਕਰ ਲਈ ਅਤੇ ਪੂਰੇ ਗਰਮੀ ਗਰਮੀ ਹੋ ਗਏ ਅਤੇ ਮਿਹਨਤ ਕਰਨੀ ਬਹੁਤ ਔਖੀ ਹੈ ਵੀਰੇ ਅਤੇ ਮਿਹਨਤ ਕਰਾਂਗੇ ਤਾਂ ਹੀ ਸਫਲ ਹੋਵਾਂਗੇ ਦੇਖ ਸਕਦੇ ਹੋ ਕਿਸਾਨਾਂ ਨੂੰ ਹੈ ਨਾ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ ਖੇਤੀ ਕਰਨ ਵਾਸਤੇ ਅਤੇ ਤਾਂ ਜ਼ਰੂਰ ਕਿਸਾਨਾਂ ਨੂੰ ਸਪੋਰਟ ਕਰਿਆ ਕਰੋ ਅਤੇ ਇੱਕ ਨੁਕਸਾਨ ਹੋਰ ਹੋ ਗਿਆ ਦੇਖੋ ਟਰਾਲੀ ਦੇ ਅੰਦਰਲੋਂ ਟਾਇਰ ਦਾ ਪੜਾਕਾ ਪੈ ਗਿਆ ਅੰਦਰਲੇ ਟਾਇਰ ਦਾ ਪੱਟਣ ਵਾਲਾ ਹੀ ਤਾਂ ਪਹਿਲਾਂ ਤੂੰ ਪਾੜ ਗਿਆ ਜਮੀਨ ਦੇਖੋ ਚਲੋ ਨੁਕਸਾਨ ਤਾਂ ਵੱਧ ਘੱਟ ਚੱਲਦੇ ਰਹਿੰਦੇ ਨੇ ਚਲੋ ਆਪਾਂ ਚੱਲਦੇ ਹਾਂ ਇੱਕ ਟਾਇਰ 'ਤੇ ਆਜੂ ਤੂੜੀ ਤਾਂ ਜੇ ਭਰੀ ਭਰੀ ਹੋਵੇ ਹੈ ਨਾ ਉਹ ਕਣਕ ਦੀ ਟਰਾਲੀ ਉਹਦਾ ਔਖਾ ਹੁੰਦਾ ਚਲੋ ਚੱਲਦੇ ਜੀ ਸ਼ਾਮ ਹੋ ਗਈ ਅਤੇ ਹੁਣ ਆ ਕੇ ਦੂਜੇ ਖੇਤ ਚਾਚੇ ਕੇ ਅਤੇ ਸੂਰਜ ਵੀ ਉੱਧਰ ਦੇਖੋ ਛਿਪ ਰਿਹਾ ਹੈ ਅਤੇ ਇੱਧਰ ਬਸੀਨ ਖੜ੍ਹਾ ਹੈ ਅਤੇ ਅੱਧੀ ਤੂੜੀ ਰਹਿੰਦੀ ਹਲੇ ਕਰਨ ਨੂੰ ਸਾਰੇ ਲੋਕਾਂ ਦੀ ਅਤੇ ਇਹ ਸਭ ਨੂੰ ਕਿੰਨਾ ਔਖਾ ਹੈ ਨਾ ਕੰਮ ਕਰਨਾ ਖੇਤਾਂ 'ਚ ਆਖਿਰ ਨੂੰ ਰਾਤ ਪੈ ਗਈ ਅਤੇ ਰਾਤ ਨੂੰ ਵੀ ਗੇੜੇ ਲੱਗ ਗਏ ਹੁਣ ਲੈਂਟਾਂ ਲੁੱਟਾਂ ਲਾ ਲਈਆਂ ਆਪਣੇ ਟਰੈਕਟਰ ਦੀਆਂ ਅਤੇ ਚੱਲਦੇ ਹਾਂ ਟਰਾਲੀ ਦੇ ਹਨੇਰਾ ਪੈ ਚੁੱਕਿਆ ਜੀ ਅਤੇ ਉੱਧਰੋਂ ਚੰਦ ਜੀ ਵੀ ਪਹੁੰਚ ਚੁੱਕੇ ਨੇ ਚੰਦ ਮਾਮਾ ਮੰਮੀ ਹੁਣੀਆਂ ਕਹਿੰਦੀਆਂ ਹੁੰਦੀਆਂ ਸੀ ਚੰਦ ਮਾਮਾ ਜੀ ਪੁੱਤ ਅਤੇ ਇੱਧਰ ਟਰੈਕਟਰ ਖੜ੍ਹਾ ਹੈ ਆਪਣਾ ਅਤੇ ਚੱਲ ਰਹੀ ਆ ਮਸ਼ੀਨ ਅਤੇ ਕੁਝ ਦੋ ਕੁ ਗੱਲਾਂ ਕਿ ਰਾਤਾਂ ਨੂੰ ਵੀ ਕੰਮ ਕਰਨਾ ਪੈਂਦਾ ਔਖਾ ਸੌਖਾ ਕੰਮ ਕਰਨਾ ਪੈਂਦਾ ਜੱਟ ਖਵਾਉਣਾ ਸੌਖਾ ਨਹੀਂ ਹੱਡ ਤੋੜ ਮਿਹਨਤਾਂ ਕਰਕੇ ਮਿੱਤਰਾ ਜੱਟ ਖਵਾਉਣਾ ਪੈਂਦਾ ਜੱਟ ਖਵਾਉਣਾ ਪੈਂਦਾ ਜੂਨ ਬਹੁਤ ਬੁਰੀ ਆ ਜੱਟ ਦੀ ਸੌਖੀ ਜੂਨ ਨਹੀਂ ਹੈਗੀ ਅਤੇ ਫਿਰ ਵੀ ਕੰਮ ਕਰਨਾ ਪੈਂਦਾ ਹੋਰ ਕਿਤੇ ਕੋਈ ਲੱਗ ਵੀ ਨਹੀਂ ਸਕਦੇ ਅਤੇ ਮਿਲਦੇ ਹਾਂ ਅੱਗੇ ਲਓ ਜੀ ਬੰਦੇ ਰਾਤ ਨੂੰ ਵੀ ਚੱਲ ਰਹੇ ਨੇ ਅਤੇ ਕੰਮ ਚੱਲ ਰਹੇ ਆ ਅਤੇ ਡਰਾਈਵਰ ਬਦਲਤਾ ਅਤੇ ਹੁਣ ਵੀਰਾ ਚਲਾਊਗਾ ਲਓ ਜੀ ਮਿਲਦੇ ਹਾਂ ਆਪਾਂ ਅੱਗੇ ਹਾਂਜੀ ਹੁਣ ਆਪਾਂ ਕਰਦੇ ਹਾਂ ਵਲੋਗ ਦੀ ਐਂਡਿੰਗ ਅਤੇ ਵਲੋਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਵੀਰੇ ਹੁਣ ਕਮੈਂਟਾਂ ਦੇ ਨੀਚੇ ਐਂ ਵੀ ਦੱਸੋ ਤੁਸੀਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਅਤੇ ਕਿੱਥੇ ਬੈਠੇ ਆਪਣੀ ਵੀਡੀਓ ਦੇਖ ਰਹੇ ਹੋ ਅਤੇ ਜਗ੍ਹਾ ਦਾ ਨਾਮ ਜ਼ਰੂਰ ਦੱਸਿਓ
ਅਤੇ ਤਾਂ ਕਿ ਪਤਾ ਲੱਗੇ ਆਪਣੀਆਂ ਵੀਡੀਓ ਕਿੱਥੇ ਕਿੱਥੇ ਤੱਕ ਜਾ ਰਹੀਆਂ ਨੇ। ਅਤੇ ਤੁਹਾਡੇ ਵਾਸਤੇ ਇੱਦਾਂ ਹੀ ਵਲੋਗ ਅਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜਲਦੀ, ਅਤੇ ਬਹੁਤ ਹੀ ਸੋਹਣੇ ਸੋਹਣੇ ਕਨਸੈਪਟਾਂ 'ਤੇ ਆਉਣਗੀਆਂ। ਅਤੇ ਹੁਣ ਕਰਕੇ ਥੋੜ੍ਹਾ ਜਿਹਾ ਬਿਜ਼ੀ ਚੱਲ ਰਹੇ ਹਾਂ, ਜੇ ਮਿਲਦੇ ਹਾਂ ਫਿਰ ਨਵੇਂ ਵਲੋਗ ਦੇ ਨਾਲ। ਲਵ ਯੂ ਸਾਰਿਆਂ ਨੂੰ, ਟਰਾਲੀ ਭਰ ਕੇ ਤੂੜੀ ਦੀ। ਲਓ ਜੀ, ਧੰਨਵਾਦ।